ਪਾਜੀ ਨਹੀਂ ਕਰਾਂਗਾ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਕੁਝ ਕਰਾਂਗਾ ਭਾਜੀ ਇੱਕ ਮਿੰਟ ਗਲੋਬਲ ਸਹੀ ਸਹੀ ਗੱਲ ਨਹੀਂ ਕਰਾਂਗਾ ਮੈਂ ਤੁਹਾਨੂੰ ਕਹਿ ਦਿੱਤਾ ਭਾਜੀ ਇੱਕ ਮਿੰਟ ਨਹੀਂ ਕਰਾਂਗਾ ਸਹੀ ਗੱਲ ਭਾਜੀ ਨਹੀਂ ਕਰਾਂਗਾ ਮਾਫ ਕਰ ਦਿਓ ਮੈਨੂੰ ਸਹੀ ਗੱਲ ਹੈ ਮਾਫ ਕਰ ਦਿਓ ਨਹੀਂ ਕਰਾਂਗਾ ਨਹੀਂ ਭਾਜੀ ਨਹੀਂ ਕਰਾਂਗਾ ਤੁਹਾਡੀ ਮਿਹਰਬਾਨੀ ਮਾਫ ਕਰ ਦਿਓ ਮੈਨੂੰ ਨਹੀਂ ਕਰਾਂਗਾ ਭਾਈ ਭਾਈ ਨਹੀਂ ਕਰਾਂਗਾ ਤੁਹਾਡੀ ਮਿਹਰਬਾਨੀ ਨਹੀਂ ਨਹੀਂ ਕਰਾਂਗਾ ਵੇਖ ਲਓ ਤੁਹਾਡੀ ਮਿਹਰਬਾਨੀ ਨਹੀਂ ਕਰਾਂਗਾ ਭਾਈ ਨਹੀਂ ਕਰਾਂਗਾ ਜੀ ਦੋਸਤੋ ਮੈਂ ਖਾਨ ਅਲੀ ਅਤੇ ਸਮੁੰਦਰੀ ਘੋੜੇ ਦੇ ਨਾਲ ਨਵਾਂ ਪਾਰਟ ਆ ਗਿਆ ਅਤੇ ਬੜਾ ਮਜ਼ੇਦਾਰ ਪਾਰਟ ਹੈ ਐਂਡ ਤੱਕ ਜ਼ਰੂਰ ਦੇਖਿਆ ਜੀ ਕਈ ਦੋਸਤਾਂ ਨੇ ਕਮੈਂਟ ਕੀਤਾ ਕਿ ਨਵਾਂ ਪਾਰਟ ਲੈ ਕੇ ਆਓ ਨਵਾਂ ਪਾਰਟ ਲੈ ਕੇ ਆਓ ਮਦੀਹਾ ਭੱਟੀ ਹੈ ਇਹਨੇ ਮੇਰੇ ਪਿਛਲੇ ਪ੍ਰੈਂਕ ਦੇ ਵਿੱਚ ਮੇਰੇ ਨਾਲ ਸਪੋਰਟ ਕੀਤੀ ਸੀ ਕਿਰਨ ਜੱਟ ਇਹਨਾਂ ਦੀ ਦੋਸਤ ਇਕੱਠੇ ਥੀਏਟਰ ਕਰਦੇ ਨੇ ਮੈਂ ਇੱਕ ਚੀਜ਼ ਦੇਖੀ ਕਿ ਇਸ ਵੀਡੀਓ ਦੇ ਵਿੱਚ ਇਹਨਾਂ ਨੂੰ ਆਹਮਣੇ ਸਾਹਮਣੇ ਨਾ ਕਰਾਵਾਂ ਕਿਉਂਕਿ ਕਿਰਨ ਜੱਟ ਇਹਨਾਂ ਦੀ ਦੋਸਤ ਹੈ ਕਿਤੇ ਲੜਾਈ ਨਾ ਹੋ ਜਾਵੇ ਸਮੁੰਦਰੀ ਘੋੜੇ ਨੂੰ ਬੁਲਾਇਆ ਇੱਥੇ ਦਫ਼ਤਰ ਦੇ ਵਿੱਚ ਮਦੀਹਾ ਭੱਟੀ ਨੇ ਉਹਨਾਂ ਨੂੰ ਲੋਕੇਸ਼ਨ ਭੇਜੀ ਹੈ ਸਮੁੰਦਰੀ ਘੋੜੇ ਨੂੰ ਮੈਂ ਤਾਂ ਸਮੁੰਦਰੀ ਘੋੜੇ ਹੀ ਕਹਾਂਗਾ ਮੇਰਾ ਉਹਨੇ ਜੀਣਾ ਹਰਾਮ ਕੀਤਾ ਮੈਂ ਉਹਦਾ ਜੀਣਾ ਹਰਾਮ ਕੀਤਾ ਐਂਡ ਤੱਕ ਜੀਣਾ ਹਰਾਮ ਕਰਾਂਗਾ ਕਿਉਂਕਿ ਉਹ ਭਾਈ ਉਹਨੇ ਮੈਨੂੰ ਬੜਾ ਪਰੇਸ਼ਾਨ ਕੀਤਾ ਮੈਂ ਉਹਨੂੰ ਬੜਾ ਪਰੇਸ਼ਾਨ ਕੀਤਾ ਅਤੇ 100 ਪਾਰਟ ਤੱਕ ਲੈ ਕੇ ਜਾਵਾਂਗਾ ਸਮੁੰਦਰੀ ਘੋੜੇ ਨਾਲ ਜਾਂ ਮੈਂ ਆਖਰੀ ਆਰਾਮਗਾਹ 'ਚ ਜਾਵਾਂਗਾ ਜਾਂ ਉਹ ਆਖਰੀ ਆਰਾਮਗਾਹ 'ਚ ਜਾਏਗਾ ਅਤੇ ਮਦੀਹਾ ਭੱਟੀ ਜੀ ਤੁਹਾਡਾ ਬੜਾ ਸ਼ੁਕਰੀਆ ਤੁਸੀਂ ਬੜੀ ਸਪੋਰਟ ਕੀਤੀ ਪਿਛਲੀ ਪ੍ਰੈਂਕ 'ਚ ਵੀ ਇਸ ਪ੍ਰੈਂਕ 'ਚ ਵੀ ਮੈਂ ਤੁਹਾਨੂੰ ਆਹਮਣੇ ਸਾਹਮਣੇ ਇਸ ਵਜ੍ਹਾ ਤੋਂ ਨਹੀਂ ਕਰਾਉਣਾ ਤੁਸੀਂ ਅੱਛੇ ਦੋਸਤ ਹੋ ਤੁਹਾਡੀ ਕਿਤੇ ਲੜਾਈ ਨਾ ਹੋ ਜਾਵੇ ਕਿਉਂਕਿ ਤੁਹਾਨੂੰ ਪਤਾ ਚੱਲ ਗਿਆ ਕਿ ਅਸੀਂ ਇੱਕ ਪ੍ਰੈਂਕ ਕਰ ਰਹੇ ਹਾਂ ਕੋਈ ਪੈਸਾ ਲੈਣਾ ਦੇਣਾ ਨਹੀਂ ਹੈ ਸਿਰਫ ਸਮੁੰਦਰੀ ਘੋੜੇ ਨੇ ਪਰਚਾ ਕਰਾਇਆ ਉਹ ਪਰਚਾ ਚੁੱਕ ਲਏਗਾ ਉਹਦੀ ਮਿਹਰਬਾਨੀ ਅਤੇ ਤੁਸੀਂ ਬੜੀ ਮਿਹਰਬਾਨੀ ਤੁਸੀਂ ਪੂਰੀ ਸਪੋਰਟ ਕੀਤੀ ਹੈ ਅਤੇ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਦੋਸਤ ਹੋ ਮੈਂ ਨਹੀਂ ਚਾਹੁੰਦਾ ਕਿ ਮੈਦਾਨੇ ਜੰਗ ਬਣ ਜਾਵੇ ਤੁਹਾਡਾ ਥੀਏਟਰ ਦੇ ਵਿੱਚ ਤੁਹਾਡਾ ਬਹੁਤ ਸ਼ੁਕਰੀਆ ਔਰ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਪਾਕਿਸਤਾਨ ਜ਼ਿੰਦਾਬਾਦ ਅਸੀਂ ਵੇਲੇ ਲੋਕ ਅਸੀਂ ਵੇਲੇ ਲੋਕ ਅਸੀਂ ਵੇਲੇ ਲੋਕ ਵੇਲੇ ਦਸ ਮਿੰਟ ਤੱਕ ਆ ਜਾਂਦੀ ਕੀ ਹੋ ਗਿਆ ਜੀ ਕਿਉਂ 10 ਜਲ ਮੁਕਾ ਅਸੀਂ ਜਾਣਾ ਸੀ ਪਿਓ ਦੇ ਨੌਕਰ ਲੱਗੇ ਤੇਰੇ ਤੇ ਬੈਠੇ ਰਹਾਂਗੇ ਨੋ ਨਾ ਬਾਲ ਦਾ ਫੋਟ ਹੋ ਗਏ ਨੇ ਤੇ ਉੱਥੇ ਟੁਰ ਗਏ ਨੇ ਓਏ ਬਕਵਾਸ ਬੰਦ ਕਰ ਬੇਗੈਰਤ ਇਨਸਾਨ ਓਏ ਉਹਨੂੰ ਵੇਚਦਾ ਹੀ ਕਿਧਰੇ ਕਿਧਰੇ ਓਏ ਉਹਨੇ ਕੀ ਜਾਵੇ ਆ ਭਾਜੀ ਮੇਰੀ ਗੱਲ ਸੁਣੋ ਓਏ ਤੇਰੀ ਗੱਲ ਕੀ ਗੱਲ ਸੁਣੀ ਹੈ ਤੇਰੀ ਹੈ ਤੇਰੀ ਸੌਂਦੇ ਮੈਨੂੰ ਸਾਲ ਹੋ ਗਿਆ ਜ਼ਲੀਲ ਕਰਦੇ ਮੈਨੂੰ ਭਾਜੀ ਰਾਮ ਨਾਲ ਗੱਲ ਸੁਣ ਓਏ ਰਾਮ ਕਿਹੜਾ ਹੈ ਕੋਈ ਰਾਮ ਨਹੀਂ ਮੇਰਾ ਦਫ਼ਤਰ ਹੈ ਤੁਹਾਡੀ ਮਿਹਰਬਾਨੀ ਓਏ ਤੇਰਾ ਦਫ਼ਤਰ ਹੈ ਤੇ ਦਫ਼ਤਰ ਆਪਣਾ ਭਾਜੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਕਿਉਂ ਨਹੀਂ ਕਰਨੀ ਮੈਂ ਵੇਖੋ ਇਹਨੂੰ ਸਮਝਾ ਲਵੋ ਵੇਖ ਲਓ ਮੇਰਾ ਤੇਰੇ ਨਾਲ ਮੈਂ ਤੈਨੂੰ ਆਪ ਚਪੇੜਾ ਮਾਰ ਕਰ ਤੂੰ ਮੈਨੂੰ ਚਪੇੜਾ ਮਾਰ ਅਸੀਂ ਲੱਗਣਾ ਤੂੰ ਮੇਰੇ ਦਫ਼ਤਰ ਦੇ ਵਿੱਚ ਭਾਜੀ ਮੇਰੀ ਗੱਲ ਸੁਣੋ ਮੇਰੇ ਦਫ਼ਤਰ ਦੇ ਵਿੱਚ ਬਦਤਮੀਜ਼ੀ ਨਾ ਕਰੋ ਭਾਜੀ ਮੇਰੀ ਗੱਲ ਸੁਣੋ ਭਾਜੀ ਮੇਰੀ ਗੱਲ ਸੁਣੋ ਮੇਰੀ ਤੁਸੀਂ ਮੇਰੇ ਪੈਸੇ ਦੇ ਦਿਓ ਮੈਂ ਇਹੀ ਗੱਲ ਇਹਨਾਂ ਨਾਲ ਕੀਤੀ ਹੈ ਮੇਰੇ ਪੈਸੇ ਦੇ ਦਿਓ ਮੈਂ ਕੋਈ ਇਹ ਗੱਲ ਨਹੀਂ ਕੀਤੀ ਜਿਹੜਾ ਮੇਰੇ ਕੋਲ ਭਾਈ ਫਿਲਮ ਦਾ ਤੁਸੀਂ ਲੈ ਆਏ ਸੀ 10 ਲੱਖ ਰੁਪਈਆ ਮੈਂ ਤੇਰੇ ਕੋਲ ਟਗਾ ਵੀ ਨਹੀਂ ਲਿਆ ਬੇਗੈਰਤ ਇਨਸਾਨ ਇੱਕ ਔਰਤ ਨੂੰ ਬਲੈਕਮੇਲ ਕਰ ਭਾਈ ਨਹੀਂ ਮੇਰੀ ਮੇਰੀ ਗੱਲ ਫਿਰ ਹੋਇਆ ਵੇਖ ਲਓ ਬਦਤਮੀਜ਼ੀ ਨਾ ਕਰਵਾਓ ਤੇਰੀ ਗੱਡੀ ਹੈ ਤੇਰੇ ਕੋਲ ਇਹ ਬਸ ਰਵ ਧਾਗੇ ਵਾਲੀ ਗੱਡੀ ਹੈ ਭਾਈ ਇੱਕ ਮਿੰਟ ਭਾਈ ਇੱਕ ਮਿੰਟ ਖਲੋਇਓ ਕੀ ਜੇ ਮੇਰੇ ਤਾਂ ਯਾਰ ਇਹ ਕੋਏ ਮੇਰੇ
ਦਫ਼ਤਰ ਦੇ ਵਿੱਚ ਬਦਤਮੀਜ਼ੀ ਨਾ ਕਰੋ ਮੈਂ ਤੁਹਾਨੂੰ ਕਹਿ ਦਿੱਤਾ ਕਿਹੜਾ ਤੇਰਾ ਦਫ਼ਤਰ ਮੇਰਾ ਦਫ਼ਤਰ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਬੜਾ ਬੁਰਾ ਪੇਸ਼ ਆਵਾਂਗਾ ਬੜਾ ਬੁਰਾ ਪੇਸ਼ ਆਵਾਂਗਾ ਸਾਡੇ ਨਾਲ ਬੁਰਾ ਪੇਸ਼ ਆਏਗਾ ਮੇਰੀ ਗੱਲ ਸੁਣ ਤੂੰ ਜੋ ਵੀ ਹੈ ਨਾ ਮੈਂ ਤੈਨੂੰ ਬਰਦਾਸ਼ਤ ਕਰਨਾ ਵਾ ਬੜਾ ਬਰਦਾਸ਼ਤ ਕਰਨਾ ਵਾ ਪਿਆ ਪਿਆ ਇਹਨੂੰ ਓਏ ਥਲਗਾ ਤੇਰੀ ਭੈਣ ਹੋ ਜਾਵਾਂ ਤੇਰੀ ਨੂੰ ਮੈਂ ਤੈਨੂੰ ਇਹ ਦਫ਼ਤਰ ਦੇ ਵਿੱਚ ਵੇਖ ਲਿਆ ਦਫ਼ਤਰ ਮੈਂ ਤੇ ਪੁਲਿਸ ਲੈ ਕੇ ਆਵਾਂ ਭਾਈ ਤੁਸੀਂ ਘਰ ਤੋਂ ਪੁਲਿਸ ਲੈ ਕੇ ਹੋਣੀ ਤੁਸੀਂ ਹਰ ਗੱਲ ਪੇ ਕਰਦੇ ਹੋ ਪੁਲਿਸ ਵਾਲੀ ਦੇਖੋ ਮੇਰੇ ਤੇ ਪਰਚਾ ਕਰਾਇਆ ਜੇ ਪਰਚਾ ਚੁੱਕ ਲਵੋ ਤੁਸੀਂ ਨਹੀਂ ਚੁੱਕਣਾ ਤੇਰੇ ਤੋਂ ਪਰਚਾ ਤੇਰੇ ਤੇ ਹੁਣ ਹੋਰ ਪਰਚਾ ਹੈਗਾ ਤੈਨੂੰ ਮੈਂ ਸੀਟ ਕੇ ਇੱਥੋਂ ਲਿਜਾਵਾਂਗਾ ਇੱਥੇ ਜਿਹੜਾ ਤੂੰ ਨੌਸਰਬਾਦੀਆਂ ਕਰਨਾ ਹੈ ਤੋਰ ਪਰਚਾ ਦੇਣਾ ਕਿ ਮੈਨੂੰ ਛੇੜਦਾ ਛੇੜਦਾ ਮੈਂ ਕਦੋਂ ਤੁਹਾਨੂੰ ਛੇੜਦਾ ਮੈਂ ਕਿਤੇ ਤੁਹਾਨੂੰ ਛੇੜਿਆ ਮੇਰੀ ਤੇਰੇ ਕਾਰਨ ਮਾਂ ਭੈਣ ਨਹੀਂ ਯਾਰ ਓਏ ਭਾਜੀ ਮੇਰੀ ਗੱਲ ਸੁਣ ਓ ਮੇਰੀ ਇੱਕ ਗੱਲ ਸੁਣ ਕਿਹੜੀ ਸੁਣੀ ਹੈ ਤੇਰੀ ਗੱਲ ਭਾਜੀ ਮੇਰੀ ਤੱਕ ਮੇਰੀ ਗੱਲ ਸੁਣ ਕਾਦੀ ਮੈਂ ਨਹੀਂ ਸੁਣੀ ਤੇਰੀ ਗੱਲ ਮੇਰੇ ਪਰਚਾ ਚੁੱਕ ਲਵੋ ਤੁਹਾਡੀ ਮੈਂ ਪਰਚਾ ਕਿਉਂ ਲੈ ਇੱਕ ਮਿੰਟ ਖਲੋ ਭਾਜੀ ਕੀ ਕਰਦੇ ਹੋ ਮੈਨੂੰ ਪਰਚਾ ਭਾਈ ਮੈਂ ਤੁਹਾਡੀ ਮਿਹਰਬਾਨੀ ਪਰਚਾ ਕੋਈ ਮਿਹਰਬਾਨੀ ਨਹੀਂ ਤੇਰੇ ਜੇ ਤੂੰ ਆਸਤੀਨ ਦਾ ਸੱਪ ਹੈ ਬਿਗੜ ਦੇ ਓਏ ਚੂਚੀਆਂ ਨਾ ਮੈਨੂੰ ਆ ਭਾਈ ਮੇਰੇ ਸਾਰੇ ਬੰਦੇ ਮੈਨੂੰ ਵੇਖ ਰਹੇ ਮੇਰੀ ਗੱਲ ਸੁਣ ਮੇਰੀ ਮੇਰੀ ਭੈਣ ਮੇਰੀ ਗੱਲ ਤੁਹਾਡੀ ਮਿਹਰਬਾਨੀ ਨਹੀਂ ਕਰਾਂਗਾ ਭਾਈ ਨਹੀਂ ਕਹਾਂਗਾ ਅੱਜ ਤੋਂ ਬਾਅਦ ਕੋਈ ਇਹਨਾਂ ਨਾਲ ਕੋਈ ਹਰਕਤ ਐਸੀ ਨਹੀਂ ਕਰਾਂਗਾ ਤੂੰ ਹਰ ਹਰਕਤ ਕਰਨ ਦਾ ਨਹੀਂ ਕਰਾਂਗਾ ਭਾਈ ਮੈਂ ਮੈਨੂੰ ਮਾਫ਼ ਕਰ ਦਿਓ ਮੈਂ ਸੱਚੀ ਗੱਲ ਹੈ ਮੈਨੂੰ ਮਾਫ਼ ਕਰ ਦਿਓ ਮੈਂ ਨਹੀਂ ਕਦੀ ਤੁਹਾਡੇ ਭਾਈ ਆਖਰੀ ਵਾਰੀ ਮੈਨੂੰ ਮਾਫ਼ ਕਰ ਦਿਓ ਤੁਹਾਡੀ ਮਿਹਰਬਾਨੀ ਮੈਂ ਤੁਹਾਨੂੰ ਕਹਿ ਦਿੱਤਾ ਮੈਨੂੰ ਆਖਰੀ ਭਾਈ ਆਖਰੀ ਵਾਰੀ ਮਾਫ਼ ਕਰ ਦਿਓ ਤੁਹਾਡੀ ਮਿਹਰਬਾਨੀ ਨਾ ਨਾ ਤੁਹਾਡੀ ਮਿਹਰਬਾਨੀ ਮੈਨੂੰ ਆਖਰੀ ਵਾਰੀ ਮਾਫ਼ ਕਿੰਨੀ ਕੁ ਵਾਰੀ ਮਾਫ਼ ਕਰੀਏ ਤੈਨੂੰ ਮੈਂ ਤੁਹਾਨੂੰ ਕਹਿ ਮੈਨੂੰ ਮਾਫ਼ ਕਰ ਦਿਓ ਮੈਂ ਨਹੀਂ ਮੈਂ ਇਹੋ ਜਿਹੀ ਗੱਲ ਤੇ ਨਹੀਂ ਨਾ ਕਹਿ ਸਕਦਾ ਮੈਂ ਪਿਓ ਤੇ ਨਹੀਂ ਨਾ ਆਪਣਾ ਚੇਂਜ ਕਰ ਦਿੰਦਾ ਤੁਹਾਡੀ ਮਿਹਰਬਾਨੀ ਐ ਵੇਖ ਲਓ ਤੁਸੀਂ ਜ਼ਿਆਤੀ ਕਰਦੇ ਹੋ ਓਏ ਜ਼ਿਆਤੀ ਤੂੰ ਕਿਹਨਾਂ ਇੱਕ ਖਤੂਨ ਨਾਲ ਬਦਤਮੀਜ਼ੀ ਕਰਨਾ ਹੈ ਭਾਈ ਨਹੀਂ ਕਹਾਂ ਇਨਸਾਨ ਨਹੀਂ ਕਹਾਂਗਾ ਅੱਜ ਤੋਂ ਬਾਅਦ ਮੈਂ ਤੇਰੀ ਜ਼ਬਾਨ ਹੀ ਤੋੜ ਕੇ ਬਾਹਰ ਖਿੱਚ ਲਾਂਗਾ ਨਹੀਂ ਭਾਈ ਅੱਜ ਤੋਂ ਬਾਅਦ ਨਹੀਂ ਤੂੰ ਮੇਰੇ ਨਜ਼ਰ ਆਇਆ ਨਾ ਕਿਤੇ ਤੈਨੂੰ ਮੈਂ ਐਸੇ ਛਿੱਤਰ ਮਾਰਾਂਗੀ ਤੂੰ ਜ਼ਿੰਦਗੀ ਨਹੀਂ ਕਰਾਂਗਾ ਸੀਟ ਕੇ ਤੈਨੂੰ ਪੁਲਿਸ ਖੜੇਗੀ ਇੱਕ ਸੀਟ ਕੇ ਭਾਈ ਨਹੀਂ ਕਰਾਂਗਾ ਸੱਚੀ ਗੱਲ ਨਹੀਂ ਕਰਾਂਗਾ ਭਾਜੀ ਮੇਰੀ ਗੱਲ ਸੱਚੀ ਗੱਲ ਹੈ ਅੱਜ ਤੋਂ ਬਾਅਦ ਮੈਂ ਤੰਗ ਨਹੀਂ ਕਰਾਂਗਾ ਤੁਹਾਨੂੰ ਉਹ ਤੇਰੇ ਦੁੱਖੋਂ ਮੈਂ ਦੇਸ਼ ਪ੍ਰਦੇਸ਼ ਜਾ ਟੁਰ ਗਿਆ ਉਹ ਤੇਰੀ ਇਹ ਬਦ ਸ਼ਕਲ ਵੇਖਣ ਤੋਂ ਬਗੈਰ ਮੈਂ ਸਵੇਰੇ ਰੋਜ਼ ਦੁਆ ਕਰਨਾ ਯਾ ਲੈ ਨਾ ਮੇਰੇ ਮੱਥੇ ਲੈ ਨਾ ਮੇਰੇ ਮੱਥੇ ਤੁਸੀਂ ਚਲੇ ਗਏ ਸੀ ਮੇਰਾ ਪਿੱਛਾ ਨਹੀਂ ਸੀ ਛੱਡਦਾ ਹੱਥੇ ਚੜ ਜਾਂਦਾ ਸੀ ਜਿੱਥੇ ਮੈਂ ਜਾਂਦਾ ਸੀ ਮੈਨੂੰ ਤੰਗ ਕਰਦਾ ਸੀ ਇਹਨੂੰ ਕਿਉਂ ਤੰਗ ਕਰਦਾ ਹੈ ਇਹ ਭੈਣ ਹੈ ਤੇਰੀ ਭੈਣ ਹੈ ਤੇਰੀ ਮੇਰੀ ਗੱਲ ਮਾਫ਼ ਕਰ ਦਿਓ ਨਹੀਂ ਕਰਾਂਗਾ ਭਾਜੀ ਤੁਹਾਡੀ ਮਿਹਰਬਾਨੀ ਨਹੀਂ ਕਰਾਂਗਾ ਕਿਹੜੀ ਮਾਫੀ ਨਹੀਂ ਕਰਾਂਗਾ ਤੰਗ ਤੁਹਾਡਾ ਮੇਰਾ ਵਾਅਦਾ ਅੱਗੋਂ ਕਦੀ ਮੇਰੇ ਵਾਅਦਿਆਂ ਨੂੰ ਮੈਂ ਨਹੀਂ ਵੇਖਿਆ 5 ਸਾਲ ਹੋ ਗਏ ਨੇ ਜੀ ਵਾਅਦੇ ਹਰ ਬੰਦੇ ਨਾਲ ਹਰ ਬੰਦੇ ਨੂੰ ਜ਼ਲੀਲ ਕੀਤਾ ਮੈਂ ਨਾ ਸੈਟ ਹੈ ਮੈਂ ਨਾ ਅੱਗੋਂ ਕਹਿੰਦਾ ਕੋਈ ਯਾਰ ਨੂੰ ਬੁਲਾ ਨਹੀਂ ਕਰਾਂਗਾ ਕਸਮੇ ਅੱਲਾ ਦੀ ਕਸਮੇ ਅੱਜ ਤੋਂ ਬਾਅਦ ਨਹੀਂ ਕਰਾਂਗਾ ਕਸਮੇ ਭਾਜੀ ਮੈਂ ਨਾ ਹੱਥ ਜੋੜੇ ਮੇਰੀ ਸੱਕੀ ਭੈਣ ਮੇਰੀ ਸੱਕੀ ਭੈਣ ਸਹੀ ਗੱਲ ਹੈ ਮੇਰੀ ਨਹੀਂ ਭਾਜੀ ਨਹੀਂ ਆਵਾਂਗਾ ਨਹੀਂ ਆਵਾਂਗਾ ਭਾਜੀ ਹੈਲੋ ਭਾਜੀ ਹੈਲੋ ਅੱਜ ਤੋਂ ਬਾਅਦ ਤੂੰ ਮੈਨੂੰ ਜ਼ਲੀਲ ਕਰੇਗਾ ਨਹੀਂ ਭਾਜੀ ਕਰਾਂਗਾ ਮੈਂ ਹੁਣ ਅਖੀਰੀ ਤੈਨੂੰ ਨਹੀਂ ਛੱਡਣਾ ਮੈਂ ਤੈਨੂੰ ਗੋਲੀ ਮਾਰ ਭਾਜੀ ਮੇਰੀ ਗੱਲ ਸੁਣ ਮਾਫ਼ ਕਰ ਦਿਓ ਨਹੀਂ ਮੈਂ ਹੁਣ ਅੱਜ ਤੋਂ ਬਾਅਦ ਨਹੀਂ ਤੁਹਾਨੂੰ ਭਾਜੀ ਤੰਗ ਕਰਾਂਗਾ ਨਹੀਂ ਕੋਈ ਗੱਲ ਕਰਾਂਗਾ ਮੇਰਾ ਤੁਹਾਡੇ ਨਾਲ ਵਾਅਦਾ ਨਹੀਂ ਨਹੀਂ ਤੁਸੀਂ ਮੈਨੂੰ ਪਤਾ ਤੂੰ ਮੇਰੀ ਭੈਣ ਹੈ ਤੁਸੀਂ ਮੇਰੇ ਵੱਡੇ ਭਾਈ ਹੋ ਮੈਂ ਅੱਜ ਤੋਂ ਬਾਅਦ ਮੈਂ ਤੇਰਾ ਵੱਡਾ ਭਾਈ ਨਹੀਂ ਹੋ ਸਕਦਾ ਤੇਰਾ ਤੂੰ ਬੇਗੈਰਤ ਕੱਠੀਆ ਆਦਮੀ ਹੈ ਭਾਜੀ ਨਹੀਂ ਹੋ ਮੈਂ ਕਦੀ ਵੀ ਨਹੀਂ ਕੋਈ ਇਹੋ ਜਿਹੀ ਹਰਕਤ ਕਰਨ ਲੱਗਾ ਤੁਹਾਡੀ ਮਿਹਰਬਾਨੀ ਭਾਜੀ ਮੈਂ ਤੁਹਾਡੀ ਮਿਹਰਬਾਨੀ ਭਾਜੀ ਨਹੀਂ ਕਰਾਂਗਾ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਕੁਛ ਕਰਾਂਗਾ ਭਾਜੀ ਇੱਕ ਮਿੰਟ ਖਲੋ ਬੰਦੇ ਸਹੀ ਗੱਲ ਨਹੀਂ ਕਰਾਂਗਾ ਮੈਂ ਤੁਹਾਨੂੰ ਕਹਿ ਦਿੱਤਾ ਭਾਜੀ ਇੱਕ ਮਿੰਟ ਨਹੀਂ ਕਰਾਂਗਾ ਸਹੀ ਗੱਲ ਭਾਜੀ ਨਹੀਂ ਕਰਾਂਗਾ ਮਾਫ਼ ਕਰ ਦਿਓ ਮੈਨੂੰ ਸਹੀ ਗੱਲ ਹੈ ਮਾਫ਼ ਕਰ ਦਿਓ ਨਹੀਂ ਕਰਾਂਗਾ ਨਹੀਂ ਭਾਜੀ ਨਹੀਂ ਕਰਾਂਗਾ ਤੁਹਾਡੀ ਮਿਹਰਬਾਨੀ ਮਾਫ਼ ਕਰ ਦਿਓ ਮੈਨੂੰ ਨਹੀਂ ਕਰਾਂਗਾ ਭਾਈ ਭਾਈ ਨਹੀਂ ਕਰਾਂਗਾ ਤੁਹਾਡੀ ਮਿਹਰਬਾਨੀ ਨਹੀਂ ਨਹੀਂ ਕਰਾਂਗਾ ਵੇਖ ਲਓ ਤੁਹਾਡੀ ਮਿਹਰਬਾਨੀ ਨਹੀਂ ਕਰਾਂਗਾ ਭਾਈ ਨਹੀਂ ਕਰਾਂਗਾ ਨਹੀਂ ਕਰਾਂਗਾ ਭਾਈ ਤੁਹਾਡੀ ਮਿਹਰਬਾਨੀ ਵੇਲੇ